ਦੋਸਤੋ ਅਸੀਂ ਅੱਜ ਗੱਲ ਕਰਾਂਗੇ ਮਿਲਟਸ ਬਾਰੇ ਇਹ ਕੀ ਹਨ ਕਿਵੇਂ ਖਾਣੇ ਚਾਹੀਦੇ ਹਨ ਅਤੇ ਇਸ ਦੇ ਕੀ ਲਾਭ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਮਿਲਟਸ ਨੂੰ ਅਪਣਾਉਣ ਦੀ ਸਿਫਾਰਿਸ਼ ਕੀਤੀ ਹੈ ਅਤੇ ਉਸ ਨੂੰ ਯੂਨੈਸਕੋ ਵੱਲੋਂ ਅਤੇ ਐਫ ਏ ਓ ਵੱਲੋਂ ਵੀ ਪ੍ਰਵਾਨਗੀ ਮਿਲ ਗਈ ਹੈ ਅਤੇ ਭਾਰਤ ਦੇ ਨਾਲ ਹੋਰ 72 ਦੇਸ਼ਾਂ ਨੇ ਇਸ ਨੂੰ ਅਪਣਾਉਣ ਦੀ ਸਹਿਮਤੀ ਪ੍ਰਗਟਾਈ ਹੈ ਇਸ ਲਈ ਸਾਲ 2023 ਨੂੰ ਮੋਟਾ ਅਨਾਜ ਸਾਲ ਭਾਵ ਇੰਟਰਨੈਸ਼ਨਲ ਮਿਲਟਸ ਇਅਰ ਕੋਸ਼ਿਦ ਕੀਤਾ ਹੈ ਤਾਂ ਜੋ ਸਾਨੂੰ ਮਿਲਟਸ ਬਾਰੇ ਮੋٹے ਅਨਾਜ ਬਾਰੇ ਜਾਗਰੂਕ ਕੀਤਾ ਜਾ ਸਕੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਮੋਟਾ ਅਨਾਜ ਪੈਦਾ ਕਰਨ ਵਾਲਾ ਦੇਸ਼ ਭਾਰਤ ਹੀ ਹੈ ਇੱਕ ਸਮਾਂ ਸੀ ਕਿ ਮੋٹے ਅਨਾਜ ਭਾਰਤੀ ਲੋਕਾਂ ਦੇ ਖਾਣੇ ਦਾ ਅਟੁੱਟ ਹਿੱਸਾ ਹੁੰਦੇ ਸਨ ਹਰੀ ਕ੍ਰਾਂਤੀ ਆਉਣ ਤੋਂ ਬਾਅਦ ਮੋٹے ਅਨਾਜਾਂ ਦੀ ਥਾਂ ਚਾਵਲ ਅਤੇ ਕਣਕ ਨੇ ਲੈ ਲਈ ਪਰ ਚਾਵਲ ਤੇ ਕਣਕ ਨਾਲ ਗਲੂਗੋਜ਼ ਬਹੁਤ ਹੀ ਜਲਦੀ ਸਾਡੇ ਸਰੀਰ ਵਿੱਚੋਂ ਰਿਲੀਜ਼ ਹੋ ਜਾਂਦੇ ਹਨ ਜਿਸ ਨਾਲ ਸਾਡੀ ਕੰਮ ਕਰਨ ਦੀ ਊਰਜਾ ਜਲਦੀ ਖਤਮ ਹੋ ਜਾਂਦੀ ਹੈ ਮਿਲਟਸ ਥੋੜੇ ਥੋੜੇ ਸਮੇਂ ਬਾਅਦ ਗਲੂਕੋਜ਼ ਰਿਲੀਜ਼ ਕਰਦੇ ਹਨ ਜਿਸ ਨਾਲ ਸਾਰਾ ਦਿਨ ਕੰਮ ਕਰਨ ਦੀ ਊਰਜਾ ਬਣੀ ਰਹਿੰਦੀ ਹੈ ਇਸ ਗੱਲ ਤੋਂ ਜਾਗਰੂਕ ਹੋਗੀ ਬੀਤੇ ਕੁਝ ਸਾਲਾਂ ਤੋਂ ਮੋٹے ਅਨਾਜ ਜਿਵੇਂ ਕਿ ਜਵਾਰ ਬਾਜਰਾ ਰਾਗੀ ਮਰੂਆ ਕੁਟਕੀ ਜਨਗੋਰ ਜਿਸ ਨੂੰ ਸਵਾਕ ਵੀ ਕਿਹਾ ਜਾਂਦਾ ਹੈ ਫਿਰ ਜ਼ੋਰਦਾਰ ਵਾਪਸੀ ਕੀਤੀ ਹੈ ਸਮੇਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮੋٹے ਅਨਾਜ ਚਾਵਲ ਅਤੇ ਕਣਕ ਤੋਂ ਕਿਤੇ ਬਿਹਤਰ ਹਨ ਮੋٹے ਅਨਾਜਾਂ ਵਿੱਚ ਚਾਵਲ ਜਾਂ ਕਣਕ ਤੋਂ ਜ਼ਿਆਦਾ ਪੋਸ਼ਕ ਤੱਤ ਪਾਏ ਜਾਂਦੇ ਹਨ ਮੋٹے ਅਨਾਜ ਅਮੀਨੀਆਂ ਹਾਈ ਬਲੱਡ ਪ੍ਰੈਸ਼ਰ 슈ਗਰ ਜਿਹੇ ਰੋਗਾਂ ਨਾਲ ਲੜਨ ਦੀ ਤਾਕਤ ਰੱਖਦੇ ਹਨ ਮੋٹے ਅਨਾਜਾਂ ਨੂੰ اگਾਉਣ ਵਿੱਚ ਪਾਣੀ ਵੀ ਬਹੁਤ ਘੱਟ ਖਪਤ ਹੁੰਦਾ ਹੈ ਇਹਨਾਂ ਨੂੰ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ ਕਿਉਂਕਿ ਰਸਾਇਣਿਕ ਪਦਾਰਥ ਅਤੇ ਪਾਣੀ ਦਾ ਬਹੁਤ ਘੱਟ ਉਪਯੋਗ ਹੁੰਦਾ ਹੈ ਜਿਸ ਨਾਲ ਪਾਣੀ ਦੀ ਵੀ ਬਚਤ ਹੁੰਦੀ ਹੈ ਕਣਕ ਅਤੇ ਝੋਨੇ ਅਤੇ ਮੋٹے ਅਨਾਜਾਂ ਨੂੰ اگਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਣਕ ਅਤੇ ਚਾਵਲ ਕਰਕੇ ਪਾਣੀ ਦਾ ਪੱਧਰ ਬਹੁਤ ਡੂੰਘਾ ਹੋ ਗਿਆ ਹੈ ਜੇਕਰ ਅਸੀਂ ਮਿਲਟਸ ਦੀ ਖੇਤੀ ਕਰਦੇ ਹਾਂ ਤਾਂ ਧਰਤੀ ਵਿੱਚਲਾ ਪਾਣੀ ਲੰਬੇ ਸਮੇਂ ਤੱਕ ਅਸੀਂ ਵਰਤ ਸਕਦੇ ਹਾਂ ਇਹਨਾਂ ਨੂੰ ਪੋਜ਼ਿਟਿਵ ਗ੍ਰੇਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਕੈਲਸ਼ੀਅਮ ਤੱਤ ਪਾਏ ਜਾਂਦੇ ਹਨ ਜੋ ਸਾਡੀ ਸਿਹਤ ਨੂੰ ਸਿਹਤਮੰਦ ਬਣਾਉਂਦੇ ਹਨ ਇਹਨਾਂ ਦੀ ਵਰਤੋਂ ਨਾਲ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਜੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਜਿਵੇਂ ਕਿ ਬਾਜਰਾ ਗਲੂਟਨ ਫ੍ਰੀ ਹੁੰਦਾ ਹੈ ਜਿਸ ਨਾਲ ਸ਼ੂਗਰ ਨਿਰੰਤਰ ਵਿੱਚ ਰਹਿੰਦੀ ਹੈ ਅਤੇ ਇਸ ਵਿੱਚ ਫਾਈਬਰ ਦੀ ਵੀ ਬਹੁਤ ਆਤ ਹੁੰਦੀ ਹੈ ਜਿਸ ਨਾਲ ਸਾਡਾ ਕੈਸਟਰੋਲ ਬਦਰ ਵੀ ਠੀਕ ਰਹਿੰਦਾ ਹੈ ਅਤੇ ਦਿਲ ਦੇ ਦੌਰੇ ਦਾ ਖਤਰਾ ਘਟ ਜਾਂਦਾ ਹੈ ਇਸ ਤੋਂ ਇਲਾਵਾ ਜਵਾਰ ਅਤੇ ਬਾਜਰਾ ਕਣਕ ਤੋਂ ਜਲਦੀ ਤਿਆਰ ਹੋ ਜਾਂਦੇ ਹਨ ਅਤੇ ਇਸ ਨਾਲ ਪ੍ਰਾਲੀ ਦੀ ਸਮੱਸਿਆ ਨਾਲ ਵੀ ਨਜਿੱਠਿਆ ਜਾ ਸਕਦਾ ਹੈ ਮੋٹے ਅਨਾਜ ਘਟ ਉਪਜਾਊ ਜ਼ਮੀਨ ਵਿੱਚ ਵੀ ਉਗਾਏ ਜਾਂਦੇ ਹਨ ਵੱਦੀ ਆਬਾਦੀ ਦੇ ਨਾਲ ਅਤੇ ਵੱਦੀ ਅਨਾਜ ਦੀ ਮੰਗ ਸਿਰਫ ਮੋٹے ਅਨਾਜ ਹੀ ਪੂਰਾ ਕਰ ਸਕਦੇ ਹਨ ਮੋٹے ਅਨਾਜ ਜਲਵਾਯੂ ਪਰਵਰਤਨ ਗਲੋਬਲ ਵਾਰਮਿੰਗ ਅਤੇ ਸੋਕੇ ਦੀ ਸਮੱਸਿਆ ਦਾ ਸਾਹਮਣਾ ਵੀ ਕਰ ਸਕਦੇ ਹਨ ਸਾਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਸ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਸਾਲ 2023 ਨੂੰ ਅਸੀਂ ਇੰਟਰਨੈਸ਼ਨਲ ਮਿਲਟਸ ਇਅਰ ਮਨਾਉਣ ਜਾ ਰਹੇ ਹਾਂ ਬਹੁਤ ਹੀ ਜਲਦੀ ਅਸੀਂ ਬਾਜ਼ਾਰਾਂ ਵਿੱਚ ਰੈਸਟੋਰੈਂਟਸ ਵਿੱਚ ਮਿਲਟਸ ਤੋਂ ਬਣੇ ਖਾਦ ਪਦਾਰਥ ਮਠਾਈ ਦੇ ਰੂਪ ਵਿੱਚ ਨਮਕੀਨ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਣਗੇ ਉਮੀਦ ਹੈ ਕਿ ਇਸ ਨਾਲ ਸਾਡੀ ਸਿਹਤ ਵੀ ਠੀਕ ਰਹੇਗੀ ਅਤੇ ਸਾਡਾ ਕਿਸਾਨ ਵੀ ਖੁਸ਼ਹਾਲ ਰਹੇਗਾ ਧੰਨਵਾਦ